हेलो स्टूडेंट्स, वेलकम बैक टू माय चैनल एडुनेशन एक्सप्रेस। आज मैं थोड़े लिए 10th क्लास के बच्चों लिए 1 मार्क क्वेश्चंस लेके आई हूँ फॉर सितंबर एग्जाम साइंस के। बेसिकली अपन 1 मार्क क्वेश्चंस से थोड़ी दिक्कत आती है, जिन्ना मैं आज तक बच्चों को पूछे है तो वह कहते मैम 2 नंबर वाले, 3 नंबर वाले, 4, 5 वो क्वेश्चन असी कर लें फिर भी ठीक है, पर जो 1 मार्क क्वेश्चन है सानू नहीं पता लगता कि क्वेश्चन 1 मार्क च आ सकते हैं। ਅੱਜ ਮੈਂ ਉਹਨਾਂ ਬੱਚਿਆਂ ਲਈ ਇੱਕ ਸੋਲਿਊਸ਼ਨ ਟਾਈਪ ਲੈ ਕੇ ਆਈ ਆ, ਠੀਕ ਹੈ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗੀ ਤੇ ਇਹ ਕੁਐਸਚਨ ਤੁਹਾਡੇ ਲਈ ਯੂਸਫੁਲ ਹੋਣਗੇ। ਸਭ ਤੋਂ ਪਹਿਲੇ ਚੈਪਟਰ ਦੇ ਵਿੱਚ ਆਪਾਂ ਚੈਪਟਰ ਵਾਈਜ਼ ਹੀ ਪਾਏ ਹੋਏ ਆ ਮੈਂ ਕੁਐਸਚਨਸ ਇਹ, ਠੀਕ ਹੈ। ਪਹਿਲੇ ਦੇ ਵਿੱਚ ਤੁਹਾਨੂੰ ਦੇਖੋ, ਜਦੋਂ ਇੱਕ ਯੌਗਿਕ ਰਸਾਇਣਿਕ ਢੰਗ ਨਾਲ 2 ਜਾਂ 2 ਤੋਂ ਵੱਧ ਸਰਲ ਪਦਾਰਥਾਂ ਵਿੱਚ ਵਿਖੰਡਿਤ ਹੋ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ। ਅਸੀਂ ਕਹਿੰਦੇ ਹਾਂ ਜਦੋਂ ਇੱਕ ਪ੍ਰੋਡਕਟ ਸਾਡੇ ਕੋਲੇ ਰਿਐਕਟੈਂਟ ਹੈ ਉਹ ਸਾਡੇ ਕੋਲੇ 2 ਪ੍ਰੋਡਕਟਸ ਚ ਟੁੱਟ ਗਿਆ ਤਾਂ ਉਸ ਰਿਐਕਸ਼ਨ ਨੂੰ ਅਸੀਂ ਕੀ ਕਹਿੰਦੇ ਆ, ਵਿਖੰਡਨ ਪ੍ਰਤੀਕ੍ਰਿਆ, ਡੀਕੰਪੋਜੀਸ਼ਨ, ਠੀਕ ਹੈ। ਨੈਕਸਟ ਕੁਐਸਚਨ ਦੇਖੋ, ਰਸਾਇਣਿਕ ਪ੍ਰਤੀਕ੍ਰਿਆ ਵਿੱਚ ਜਦੋਂ ਨਵਾਂ ਪਦਾਰਥ ਬਣਦਾ ਹੈ ਉਸ ਪਰਿਵਰਤਨ ਨੂੰ ਕਿਹੜਾ ਪਰਿਵਰਤਨ ਕਹਿੰਦੇ ਆ। ਹੁਣ ਸਾਨੂੰ ਇਹ ਵੀ ਪਤਾ 2 ਤਰ੍ਹਾਂ ਦੇ ਪਰਿਵਰਤਨ ਹੁੰਦੇ, ਇੱਕ ਸਾਡੇ ਕੋਲੇ ਕੈਮੀਕਲ, ਇੱਕ ਸਾਡੇ ਕੋਲੇ ਫਿਜ਼ੀਕਲ। ਜਿੱਥੇ ਤਾਂ ਸਾਡੇ ਕੋਲੇ ਨਵਾਂ ਪ੍ਰੋਡਕਟ ਬਣਦਾ ਹੈ ਉੱਥੇ ਅਸੀਂ ਕਹਿ ਦਿੰਦੇ ਹਾਂ ਵੀ ਕੀ ਉਹ ਕੈਮੀਕਲ ਹੈ। ਜਿੱਥੇ ਸਾਡੇ ਕੋਲੇ ਸਿਰਫ ਸ਼ੇਪ ਦਾ ਚੇਂਜ ਹੁੰਦਾ ਹੈ ਜਾਂ ਉਹਦਾ ਸਿਰਫ ਕੋਈ ਦੇਖਣ ਦੇ ਵਿੱਚ ਬਦਲਾਵ ਹੁੰਦਾ ਤਾਂ ਉਹ ਫਿਜ਼ੀਕਲ, ਤਾਂ ਇਹ ਤੁਹਾਡਾ ਕਿਹੜਾ ਪਰਿਵਰਤਨ ਹੋ ਗਿਆ, ਰਸਾਇਣਿਕ ਪਰਿਵਰਤਨ। ਨੈਕਸਟ ਕੁਐਸਚਨ ਦੇਖੋ, ਇਹ ਕਿਰਿਆ ਨੂੰ ਕੀ ਕਹਿੰਦੇ ਹਨ। ਚੈਪਟਰ 1 ਦੇ ਵਿੱਚੋਂ ਬੇਟਾ ਤੁਹਾਨੂੰ ਇਹ ਪੱਕਾ ਕੁਐਸਚਨ ਆਊਗਾ ਕਿ ਕੋਈ ਵੀ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੱਤੀ ਜਾਊਗੀ ਤਾਂ ਉਹ ਤੁਹਾਨੂੰ ਪੁੱਛ ਲਿਆ ਜਾਊਗਾ ਵੀ ਇਹ ਜਿਹੜਾ ਰਿਐਕਸ਼ਨ ਦਿੱਤਾ ਹੋਇਆ ਹੈ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ, ਟਾਈਪ ਆਫ ਰਿਐਕਸ਼ਨ ਕੀ ਹੈ। ਤਾਂ ਟਾਈਪ ਆਫ ਰਿਐਕਸ਼ਨਸ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੀਆਂ ਚਾਹੀਦੀਆਂ ਵੀ ਕਿਹੜੀ ਰਿਐਕਸ਼ਨ 'ਚ ਕੀ ਹੁੰਦਾ ਹੈ। ਹੁਣ ਇਹਦੇ ਵਿੱਚ ਕੀ ਹੋਇਆ ਹੈ, ਹਾਈਡਰੋਜਨ ਤੇ ਆਕਸੀਜਨ ਦਾ ਕੰਬੀਨੇਸ਼ਨ ਹੋਇਆ ਹੈ, ਠੀਕ ਹੈ। ਤਾਂ ਇਹਨੂੰ ਅਸੀਂ ਕਿਹੜੀ ਕਿਰਿਆ ਕਹਿ ਦਿੰਦੇ ਹਾਂ, ਸੰਯੋਜਨ ਕਿਰਿਆ, ਕੰਬੀਨੇਸ਼ਨ ਰਿਐਕਸ਼ਨ, ਠੀਕ ਹੈ। ਨੈਕਸਟ ਕੁਐਸਚਨ ਦੇਖੋ, ਉਹ ਰਸਾਇਣਿਕ ਕਿਰਿਆ ਜਿਸ ਵਿੱਚ ਅਵਖੇਪ ਪੈਦਾ ਹੁੰਦਾ ਹੈ, ਅਵਖੇਪ ਯਾਨੀ ਪ੍ਰੈਸੀਪੀਟੇਟ, ਠੀਕ ਹੈ। ਤਾਂ ਜਿੱਥੇ ਸਾਡੇ ਕੋਲੇ ਪ੍ਰੈਸੀਪੀਟੇਟ ਪੈਦਾ ਹੁੰਦਾ ਹੈ ਉਹਨੂੰ ਅਸੀਂ ਕਿਹੜੀ ਰਿਐਕਸ਼ਨ ਬੋਲਦੇ ਹਾਂ, ਅਵਖੇਪਣ ਕਿਰਿਆ, ਪ੍ਰੈਸੀਪੀਟੇਸ਼ਨ ਰਿਐਕਸ਼ਨ। ਉਪਰੋਕਤ ਰਸਾਇਣਿਕ ਕਿਰਿਆ ਇੱਕ ਉਦਾਹਰਣ ਹੈ, ਇਹ ਕਿਹੜੀ, ਆਪਣੇ ਕੋਲੇ ਮੈਂ ਤੁਹਾਨੂੰ ਦੋਨੇ ਦੱਸਿਆ ਸੀ ਟਾਈਪ ਆਫ ਰਿਐਕਸ਼ਨਸ ਯਾਦ ਹੋਣੀ ਚਾਹੀਦੀ ਹੈ। ਹੁਣ ਤੁਹਾਡੇ ਕੋਲੇ ਜਿਹੜਾ ਇਹ ਇੱਕ ਪ੍ਰੋਡਕਟ ਸੀਗਾ ਇਹ 3 ਦੇ ਵਿੱਚ ਟੁੱਟ ਗਿਆ, ਠੀਕ ਹੈ। ਤਾਂ ਨਾ ਤਾਂ ਇਹ ਸੰਯੋਜਨ ਹੈ, ਨਾ ਇਹ ਵਿਸਥਾਪਨ ਹੈ, ਨਾ ਇਹ ਦੋਹਰੀ ਵਿਸਥਾਪਨ ਹੈ, ਤਾਂ ਇਹ ਕਿਹੜੀ ਕਿਰਿਆ ਹੋਗੀ, ਅਪਘਟਨ ਕਿਰਿਆ, ਠੀਕ ਹੈ। ਨੈਕਸਟ ਚੱਲੋ, Mg+O2 ਦੇ ਵਿੱਚ ਜਦੋਂ 2MgO ਬਣਿਆ ਤਾਂ ਇਹਦੇ ਵਿੱਚ ਕਹਿੰਦੇ MgO ਕੀ ਹੈ ਤੁਹਾਡੇ ਕੋਲੇ, MgO ਕੀ ਹੈ, ਇੱਕ ਉਤਪਾਦ ਹੈ। ਆ ਤੁਹਾਡੇ ਕੋਲੇ ਕੀ ਹੁੰਦੇ ਨੇ, ਅਭਿਕਾਰਕ, ਆ ਤੁਹਾਡੇ ਕੋਲੇ ਕੀ ਹੁੰਦਾ, ਉਤਪਾਦ, ਜਿਹਨੂੰ ਤੁਸੀਂ ਕੀ ਬੋਲਦੇ ਹੋ, ਰਿਐਕਟੈਂਟ ਐਂਡ ਪ੍ਰੋਡਕਟ। ਰਿਐਕਟੈਂਟ ਤੁਹਾਡੇ ਕੋਲੇ ਐਰੋ ਤੋਂ ਲੈਫਟ ਸਾਈਡ ਹੁੰਦੇ ਨੇ ਤੇ ਪ੍ਰੋਡਕਟ ਤੁਹਾਡੇ ਕੋਲੇ ਐਰੋ ਤੋਂ ਰਾਈਟ ਸਾਈਡ ਹੁੰਦੇ ਆ, ਠੀਕ ਹੈ। C+O2 CO2 ਜਿਹੜੀ ਆ ਜੀ ਲਿਖੀ ਹੋਈ ਹੈ, ਕਹਿੰਦੇ ਇਸ ਵਿੱਚ ਜੀ ਦਾ ਮਤਲਬ ਕੀ ਹੈ। ਹੁਣ ਸਾਨੂੰ ਪਤਾ ਇਸ ਦਾ ਮਤਲਬ ਸੋਲਿਡ ਹੁੰਦਾ ਹੈ, ਠੀਕ ਹੈ। AQ ਦਾ ਮਤਲਬ ਐਕਵਸ ਸੋਲੂਸ਼ਨ ਹੁੰਦਾ ਹੈ, L ਦਾ ਮਤਲਬ ਲਿਕੁਇਡ ਹੁੰਦਾ ਹੈ ਤੇ G ਦਾ ਮਤਲਬ ਗੈਸ ਹੁੰਦਾ ਹੈ, ਠੀਕ ਹੈ। ਤਾਂ ਆਪਸ਼ਨ ਨੰਬਰ C। ਨੈਕਸਟ ਕੁਐਸਚਨ ਦੇਖੋ, ਆ ਕੁਝ ਕੁ ਫਿਲਪ ਸੀਗੀਆਂ, ਠੀਕ ਹੈ। ਇਹ ਵੀ ਤੁਹਾਨੂੰ MCQ ਦੇ ਫਾਰਮ ਦੇ ਵਿੱਚ ਵੀ ਆ ਸਕਦੀਆਂ ਨੇ, ਫਿਲਪ ਦੇ ਫਾਰਮ ਦੇ ਵਿੱਚ ਵੀ ਆ ਸਕਦੀਆਂ। ਉਹ ਰਸਾਇਣਿਕ ਕਿਰਿਆ ਜਿਸ ਵਿੱਚ ਤਾਪ ਊਰਜਾ ਸੋਖਤ ਹੁੰਦੀ ਹੈ, ਐਬਜ਼ੌਰਬ ਹੋ ਰਹੀ ਹੈ, ਹੈਨਾ, ਉਹਨੂੰ ਅਸੀਂ ਕਿਹੜੀ ਕਿਰਿਆ ਬੋਲਦੇ ਹਾਂ, ਉਹਨੂੰ ਅਸੀਂ ਤਾਪ ਸੋਖੀ ਕਿਰਿਆ ਬੋਲਦੇ ਹਾਂ। ਜਿੱਥੇ ਸਾਡੇ ਕੋਲੇ ਤਾਪ ਊਰਜਾ ਨਿਕਲਦੀ ਹੈ ਉਹ ਹੁੰਦੀ ਤਾਪ ਨਿਕਾਸੀ। ਇੱਕ ਰਸਾਇਣਿਕ ਸਮੀਕਰਨ ਵਿੱਚ ਤੀਰ ਦਾ ਸਿਰ ਕਿਸ ਵੱਲ ਹੁੰਦਾ ਹੈ, ਤੀਰ ਆਪਾਂ ਇੱਦਾਂ ਲਾਉਣੇ ਆ, ਹੈਨਾ, ਆ ਤਾਂ ਤੁਹਾਡੇ ਕੋਲੇ ਅਭਿਕਾਰਕ ਹੁੰਦੇ ਨੇ ਇੱਧਰ ਤੇ ਇੱਧਰ ਤੁਹਾਡੇ ਕੋਲੇ ਕੀ ਹੁੰਦੇ ਨੇ, ਉਤਪਾਦ ਹੁੰਦੇ ਨੇ। ਤਾਂ ਤੀਰ ਦਾ ਜਿਹੜਾ ਸਿਰ ਹੈ ਆਹ ਸਿਰ ਹੁੰਦਾ, ਹੈਨਾ, ਆ ਪੂੰਛ ਕਹਿ ਦਿੰਦੇ ਨੇ ਆਪਾਂ, ਇਹ ਕਿਹਦੇ ਵੱਲ ਹੁੰਦਾ ਹੈ, ਉਤਪਾਦ ਵੱਲ। ਤਾਂ ਆਪਸ਼ਨ 2। ਰਸਾਇਣਿਕ ਕਿਰਿਆ ਦੇ ਪਹਿਲੇ ਅਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ, ਇਹਦੇ ਵਿੱਚ ਕੀ ਹੁੰਦਾ, ਜਿਹੜੇ ਪਰਮਾਣੂ ਹੁੰਦੇ ਨੇ ਪਹਿਲੇ ਅਤੇ ਅੰਤ ਵਿੱਚ, ਮਤਲਬ ਰਿਐਕਟੈਂਟ ਤੇ ਪ੍ਰੋਡਕਟ ਦੇ ਜਿਹੜੇ ਪਰਮਾਣੂਆਂ ਦੀ ਗਿਣਤੀ ਆ ਉਹ ਕੀ ਰਹਿਣੀ ਚਾਹੀਦੀ ਹੈ, ਹਮੇਸ਼ਾ ਸਮਾਨ। ਖੋਰਨ ਦੇ ਕਾਰਨ ਲੋਹੇ ਦੀਆਂ ਵਸਤੂਆਂ ਨੂੰ ਡੈਸ਼ ਪਹੁੰਚਦੀ ਹੈ, ਕੀ ਪਹੁੰਚਦੀ ਹੈ, ਹਾਨੀ, ਪਤਾ ਹੀ ਸਾਨੂੰ। ਹਵਾ ਰੋਧਕ ਬਰਤਨਾਂ ਵਿੱਚ ਭੋਜਨ ਰੱਖਣ ਨਾਲ ਡੈਸ਼ ਦੀ ਗਤੀ ਹੌਲੀ ਹੋ ਜਾਂਦੀ ਹੈ। ਹਵਾ ਰੋਧਕ ਬਰਤਨਾਂ ਵਿੱਚ ਭੋਜਨ ਨੂੰ ਰੱਖਣ ਕਾਰਨ ਸਾਡੇ ਕੋਲੇ ਕਾਹਦੀ ਗਤੀ ਹੌਲੀ ਹੋ ਜਾਂਦੀ ਹੈ, ਆਕਸੀਕਰਨ ਦੀ। ਖੋਰਨਾ ਨਹੀਂ ਹੋਣਾ ਇੱਥੇ, ਆਕਸੀਕਰਨ।
ਚਾਂਦੀ ਉੱਤੇ ਡੈਸ਼ ਪਰਤ ਦਾ ਚੜ੍ਹਨ ਖੋਰਨ ਦਾ ਇੱਕ ਉਦਾਹਰਣ ਹੈ। ਚਾਂਦੀ ਉੱਤੇ ਕਿਹੜੀ ਪਰਤ ਚੜ੍ਹ ਜਾਂਦੀ ਹੈ? ਕਾਲੀ। ਕਾਲੀ ਪਰਤ ਜਦੋਂ ਚੜ੍ਹ ਜਾਂਦੀ ਹੈ ਤਾਂ ਇਹਦਾ ਮਤਲਬ ਉਹ ਕੀ ਹੋਣ ਲੱਗ ਜਾਂਦੀ ਹੈ? ਖੁਰਨ ਲੱਗ ਜਾਂਦੀ ਹੈ, ਜਾਂ ਐਟਮੋਸਫੇਅਰ ਦੇ ਨਾਲ ਕੀ ਹੋਣ ਲੱਗ ਜਾਂਦੀ ਹੈ? ਰਿਐਕਟਡ ਕਰਨ ਲੱਗ ਜਾਂਦੀ ਹੈ, ਰਿਐਕਟ ਕਰਨ ਲੱਗ ਜਾਂਦੀ ਹੈ। ਇਹ ਤੁਸੀਂ ਬੋਲਦੇ ਹੋ ਨਾ, ਦੋ ਚੀਜ਼ਾਂ ਪੜ੍ਹੀਆਂ ਹੋਣਗੀਆਂ ਤੁਸੀਂ, ਰੈਂਸੀਡਿਟੀ ਐਂਡ ਕੋਰੋਜ਼ਨ, ਉਹ ਚੀਜ਼ਾਂ ਇਹ। ਅੱਗੇ ਦੇਖੋ, ਕਾਰਬਨ ਵਿਭਿੰਨ ਪ੍ਰਕਾਰ ਦੇ ਸਥਾਈ ਯੋਗਿਕ ਹੇਠ ਲਿਖੇ ਕਾਰਨ ਬਣਾਉਂਦਾ ਹੈ। ਕਾਰਬਨ ਦੀ ਵਰਸੇਟਾਈਲ ਨੇਚਰ ਹੈ, ਠੀਕ ਹੈ। ਕਿਉਂ ਹੈ? ਇੱਕ ਤਾਂ ਮਜ਼ਬੂਤ ਬੰਧਨ ਹੁੰਦੇ ਨੇ, ਯੋਗਿਕ ਸਥਾਈ ਹੁੰਦੇ ਨੇ ਇਹਦੇ ਜਿਹੜੇ ਬਣਦੇ ਆ। ਕਾਰਬਨ ਦਾ ਆਕਾਰ ਛੋਟਾ ਹੁੰਦਾ, ਉਪਰੋਕਤ ਸਾਰੇ। ਤਾਂ ਉਪਰੋਕਤ ਸਾਰੇ ਤੁਹਾਡਾ ਕੀ ਹੈ ਆਂਸਰ? ਇਹ ਸਾਰੀਆਂ ਪ੍ਰੋਪਰਟੀਜ਼ ਕਾਰਬਨ ਕੋਲੇ ਹੁੰਦੀਆਂ ਨੇ। ਕਾਰਬਨ ਅਤੇ ਹਾਈਡਰੋਜਨ ਦੁਆਰਾ ਬਣਾਏ ਜਾਣ ਵਾਲੇ ਅਲਕੇਨ ਦਾ ਸਧਾਰਨ ਸੂਤਰ ਅਲਕੇਨ, ਇਹ ਤੁਸੀਂ ਤਿੰਨ ਤਰ੍ਹਾਂ ਦੇ ਪੜ੍ਹੇ ਹੋਣੇ ਬੇਟਾ, ਅਲਕੇਨ, ਅਲਕੀਨ ਤੇ ਅਲਕਾਈਨ, ਠੀਕ ਹੈ। ਤਾਂ ਇਹਨਾਂ ਤਿੰਨਾਂ ਦੇ ਫਾਰਮੂਲੇ ਤੁਹਾਨੂੰ ਯਾਦ ਹੋਣੇ ਚਾਹੀਦੇ ਹੈ। ਇੱਥੇ ਤੁਹਾਡੇ ਕੋਲ ਹੁੰਦਾ CnH2n+2, ਇੱਥੇ ਹੁੰਦਾ CnH2n+1, ਇੱਥੇ ਹੁੰਦਾ CnH, ਇੱਥੇ ਕੱਲਾ 2n ਹੁੰਦਾ, ਸੋਰੀ, ਇੱਥੇ CnHn, ਠੀਕ ਹੈ। ਤਾਂ ਤਿੰਨ ਫਾਰਮੂਲੇ ਤੁਹਾਡੇ ਕੋਲੇ, ਆਹ ਤੁਹਾਡੇ ਕੋਲੇ ਸਹੀ ਆਪਸ਼ਨ ਆ ਗਈ ਅਲਕੇਨ। ਹੇਠ ਲਿਖਿਆ ਵਿੱਚੋਂ ਕਿਹੜਾ ਹਾਈਡਰੋਕਾਰਬਨ ਨਹੀਂ ਹੈ? ਹਾਈਡਰੋਕਾਰਬਨ, ਅਲਕੇਨ ਹਾਈਡਰੋਕਾਰਬਨ ਹੈ ਕਿਉਂਕਿ ਇਹਦੇ ਵਿੱਚ ਕਾਰਬਨ ਤੇ ਹਾਈਡਰੋਜਨ ਹੁੰਦੀ ਹੈ, ਅਲਕੀਨ ਦੇ ਵਿੱਚ ਵੀ ਹੁੰਦੀ ਹੈ, ਅਲਕਾਈਨ ਦੇ ਵਿੱਚ ਵੀ ਹੁੰਦੀ ਹੈ। ਤਾਂ ਸਧਾਰਨ ਨਮਕ ਇੱਕ ਇਹੋ ਜਿਹੀ ਆਪਸ਼ਨ ਹੈ ਜਿਹਦੇ ਵਿੱਚ ਕਾਰਬਨ ਤੇ ਹਾਈਡਰੋਜਨ ਨਹੀਂ ਹੈਗੀ। ਹਾਈਡਰੋਕਾਰਬਨ ਉਹੀ ਹੁੰਦੇ ਆ ਜਿਹਦੇ ਵਿੱਚ ਹਾਈਡਰੋਜਨ ਤੇ ਕਾਰਬਨ ਦੋਨੇ ਹੋ, ਠੀਕ ਹੈ। ਇਥੇਨੋਲ ਤੋਂ ਇਥੇਨੋਇਕ ਤੇਜ਼ਾਬ ਵਿੱਚ ਪਰਿਵਰਤਨ ਨੂੰ ਕੀ ਕਹਿੰਦੇ ਹਾਂ? ਹੁਣ ਇੱਥੇ ਸਾਡੇ ਕੋਲ C2H5 ਸੀ, ਆਕਸੀਜਨ ਕਿੰਨੇ ਸੀ? 2। ਇੱਥੇ ਆਕਸੀਜਨ ਕਿੰਨੇ ਹੋਊਗੇ? ਸੋਰੀ, ਆਕਸੀਜਨ ਇੱਥੇ ਪਹਿਲੇ 1 ਸੀ, ਇੱਥੇ ਕਿੰਨੇ ਹੋਊਗੇ? 2। ਤਾਂ ਇੱਥੇ ਇਸ ਰਿਐਕਸ਼ਨ ਦੇ ਵਿੱਚ ਕੀ ਹੋਇਆ? ਆਕਸੀਕਰਨ ਹੋ ਗਿਆ। ਇਥੇਨੋਲ ਦਾ ਇਥੇਨੋਇਕ ਐਸਿਡ ਤੋਂ ਕੀ ਬਣ ਗਿਆ? ਆਕਸੀਕਰਨ ਹੋ ਗਿਆ। ਲੰਮੀਆਂ ਲੜੀਆਂ ਵਾਲੇ ਕਾਰਬੋਕਸਿਲਿਕ ਤੇਜ਼ਾਬ ਦੇ ਸੋਡੀਅਮ ਜਾਂ ਪੋਟਾਸ਼ੀਅਮ ਲੂਣਾਂ ਨੂੰ ਡੈਸ਼ ਕਿਹਾ ਜਾਂਦਾ ਹੈ, ਸਾਬਣ, ਠੀਕ ਹੈ, ਸੋਪ ਤੇ ਡਿਟਰਜੈਂਟ। ਤੇਜ਼ਾਬ ਤੇ ਸੋਡੀਅਮ ਜਾਂ ਪੋਟਾਸ਼ੀਅਮ ਦੀਆਂ ਕੀ ਹੁੰਦੀਆਂ ਨੇ? ਲੜੀਆਂ ਹੁੰਦੀਆਂ ਨੇ। ਇਹ ਕੀ ਹੈ? ਆ ਜਿਹੜੀ ਤੁਹਾਨੂੰ ਫਿਗਰ ਦਿੱਤੀ ਹੋਈ ਹੈ ਡਾਇਗ੍ਰਾਮ, ਇਹ ਕਾਹਦੀ ਫਿਗਰ ਹੈ? ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਆ ਤੇਲ ਦੀ ਬੂੰਦ ਹੈ, ਤੇ ਇੱਥੇ ਤੁਹਾਡੇ ਕੋਲੇ ਇੱਕ ਸੈਂਟਰ ਦੇ ਵਿੱਚ ਤੇਲ ਦੀ ਬੂੰਦ ਹੁੰਦੀ ਹੈ, ਤੇ ਆ ਤੁਹਾਡੇ ਕੋਲੇ ਸੋਡੀਅਮ ਦੇ ਜਾਂ ਪੋਟਾਸ਼ੀਅਮ ਦੇ ਸਾਈਡ ਤੇ ਆਇਨ ਲੱਗ ਜਾਂਦੇ, ਤੇ ਇਹ ਕੀ ਬਣ ਜਾਂਦਾ? ਇੱਕ ਮਿਸਰ। ਭੋਜਨ ਪਕਾਉਣ ਸਮੇਂ ਜੇਕਰ ਭਾਂਡਿਆਂ ਦਾ ਥਲਾ ਬਾਹਰੋਂ ਕਾਲਾ ਹੋ ਰਿਹਾ ਹੋਵੇ ਤਾਂ ਇਹਦਾ ਕੀ, ਇੱਥੋਂ ਕੀ ਪਤਾ ਲੱਗਦਾ ਹੈ? ਤੁਸੀਂ ਦੇਖਿਆ ਹੋਊਗਾ ਜਦੋਂ ਤੁਸੀਂ ਚੁੱਲ੍ਹਿਆਂ ਦੇ ਵਿੱਚ ਰੋਟੀ ਵਗੈਰਾ ਜਾਂ ਸਬਜ਼ੀ ਬਣਾਉਣੇ ਹੁੰਦਾ ਧਰਦੇ ਹੋ, ਤਾਂ ਉੱਥੋਂ ਜਿਹੜਾ ਭਾਂਡਾ ਤੁਸੀਂ ਚੁੱਲ੍ਹੇ ਤੇ ਧਰਦੇ ਹੋ, ਨੀਚੋਂ ਕਾਲਾ ਹੋ ਜਾਂਦਾ। ਉਹ ਕਿਉਂ ਕਾਲਾ ਹੁੰਦਾ? ਕਿਉਂ? ਕਿਉਂਕਿ ਬਾਲਣ ਹੈ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਨਹੀਂ ਜਲ ਰਿਹਾ ਹੁੰਦਾ, ਜਦਕਿ ਜਦੋਂ ਗੈਸ ਤੇ ਅਸੀਂ ਕੋਈ ਭਾਂਡਾ ਧਰਦੇ ਹਾਂ ਉਹ ਕਾਲਾ ਨਹੀਂ ਹੁੰਦਾ, ਠੀਕ ਹੈ। ਹੁਣ ਆ ਗਿਆ ਤੁਹਾਡੇ ਕੋਲ ਬਾਇਓ ਵਾਲਾ ਪੋਰਸ਼ਨ। ਇਹਦੇ ਵਿੱਚ ਦੇਖੋ, ਮਨੁੱਖ ਵਿੱਚ ਗੁਰਦੇ ਇੱਕ ਪ੍ਰਣਾਲੀ ਦਾ ਭਾਗ ਹਨ। ਗੁਰਦੇ ਕਿਸ ਪ੍ਰਣਾਲੀ ਦਾ ਭਾਗ ਨੇ? ਸਾਕਿਆ ਵਿੱਚ ਵੀ ਨਹੀਂ ਆਉਂਦੇ, ਪੋਸ਼ਣ ਚ ਵੀ ਨਹੀਂ ਆਉਂਦੇ, ਪਰਿਵਹਨ ਚ ਵੀ ਨਹੀਂ ਆਉਂਦੇ, ਕਾਹ ਚ ਆਉਂਦੇ ਆ? ਮਲ ਤਿਆਗ ਦੇ ਨਾਲ ਚ, ਕਿਡਨੀ ਚ, ਠੀਕ ਹੈ। ਪੌਦਿਆਂ ਵਿੱਚ ਜ਼ਾਇਲਮ ਦਾ ਕੀ ਕੰਮ ਹੁੰਦਾ ਹੈ? ਜ਼ਾਇਲਮ ਤੇ ਫਲੋਇਮ ਦੋ ਤਰ੍ਹਾਂ ਦੇ ਆਪਣੇ ਕੋਲੇ ਟਿਸ਼ੂਜ਼ ਨੇ, ਠੀਕ ਹੈ। ਜ਼ਾਇਲਮ ਕੀ ਕਰਦੀ ਹੈ ਤੁਹਾਡੇ ਕੋਲੇ? ਪਾਣੀ ਨੂੰ, ਪਾਣੀ ਦਾ ਪਰਿਵਹਨ ਕਰਾਉਂਦੀ ਹੈ, ਤੇ ਫਲੋਇਮ ਕਾਹਦਾ ਕਰਵਾਉਂਦੀ ਹੈ? ਭੋਜਨ ਦਾ। ਤਾਂ ਜ਼ਾਇਲਮ ਦਾ ਕੀ ਕੰਮ ਹੈ? ਪਾਣੀ ਦਾ ਪ੍ਰਬੰਧ। ਸਵੈਪੋਸ਼ੀ ਲਈ ਪੋਸ਼ਣ ਲਈ ਕੀ ਜ਼ਰੂਰੀ ਹੈ? ਕਾਰਬਨ ਡਾਈਆਕਸਾਈਡ, ਪਾਣੀ, ਸੂਰਜ ਦਾ ਪ੍ਰਕਾਸ਼, ਕਲੋਰੋਫਿਲ, ਉਪਰੋਕਤ ਸਾਰੇ ਚਾਹੀਦੇ ਆ ਉਹਨੂੰ, ਤਾਂ ਹੀ ਜਿਹੜੇ ਪੌਦੇ ਨੇ ਉਹ ਆਪਦਾ ਖਾਣਾ ਆਪ ਬਣਾ ਸਕਣਗੇ। ਪਾਇਰੋਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਕਿਰਿਆ ਵਾਪਰਦੀ ਹੈ। ਕਿਹਦੇ ਵਿੱਚ ਵਾਪਰਦੀ ਹੈ ਇਹ? ਪਾਇਰੋਵੇਟ ਦੇ ਵਿਖੰਡਨ ਨਾਲ। ਤੁਸੀਂ ਪਾਇਰੋਵੇਟ ਦੀਆਂ 3 ਡਿਵੀਜ਼ਨਸ ਪੜ੍ਹੀਆਂ ਹੋਣਗੀਆਂ, ਠੀਕ ਹੈ। ਤਾਂ ਉੱਥੇ ਤੁਹਾਨੂੰ ਬੁੱਕ ਦੇ ਵਿੱਚ ਟੇਬਲ ਵੀ ਬਣਿਆ ਹੋਇਆ ਹੈ ਪਾਇਰੋਵੇਟ ਵਾਲਾ। ਮਾਈਟੋਕੋਂਡਰੀਆ ਦੇ ਵਿੱਚ ਹੁੰਦੀ ਹੈ, ਇੱਕ ਯੀਸਟ ਦੇ ਵਿੱਚ ਹੁੰਦੀ ਹੈ, ਇੱਕ ਹਿਊਮਨਸ ਦੇ ਵਿੱਚ ਹੁੰਦੀ ਹੈ, ਐਬਸੈਂਸ ਆਫ ਆਕਸੀਜਨ ਤੇ ਪ੍ਰੈਜੈਂਸ ਆਫ ਆਕਸੀਜਨ। ਤਾਂ ਇਹਦੇ ਵਿੱਚ ਕੀ ਹੈ? ਮਾਈਟੋਕੋਂਡਰੀਆ ਦੇ ਵਿੱਚ ਹੁੰਦਾ ਜਦੋਂ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਆਉਂਦਾ। ਹਰੇ ਪੌਦੇ ਕੀ ਹਨ? ਆਪਣੇ ਪੜ੍ਹ ਕੇ ਹਟਿਆ ਸਵੈਪੋਸ਼ੀ। ਸਾਹ ਕਿਰਿਆ ਵਿੱਚ ਪੌਦਿਆਂ ਤੋਂ ਮੁਕਤ ਹੁੰਦੀ ਹੈ। ਸਾਹ ਕਿਰਿਆ ਵਿੱਚ ਪੌਦਿਆਂ ਤੋਂ ਮੁਕਤ ਹੁੰਦੀ ਹੈ, ਕੀ ਹੁੰਦੀ ਹੈ? ਕਾਰਬਨ ਡਾਈਆਕਸਾਈਡ। ਪੌਦਿਆਂ ਤੋਂ ਬਾਹਰ ਕੀ ਆਪਣੇ ਕੋਲੇ ਪੌਦੇ ਕੀ ਲੈ ਕੇ ਜਾਂਦੇ ਅੰਦਰ? ਕਾਰਬਨ ਡਾਈਆਕਸਾਈਡ, ਠੀਕ ਹੈ।
ਅਨਆਕਸੀ ਸਾਹ ਕਿਰਿਆ ਦੇ ਫਲਸਰੂਪ ਲੈਕਟਿਕ ਅਮਲ ਬਣਦਾ ਹੈ। ਹਾਂਜੀ ਬਣਦਾ ਹੈ, ਕਿੱਥੇ ਬਣਦਾ ਹੁੰਦਾ ਹੈ? ਅਨਆਕਸੀ ਸਾਹ ਕਿਰਿਆ ਦੇ ਵਿੱਚ ਜਿਹੜਾ ਲੈਕਟਿਕ ਐਸਿਡ ਬੋਲਦੇ ਹਾਂ ਅਸੀਂ, ਉਹ ਕਿੱਥੇ ਬਣਦਾ ਹੁੰਦਾ? ਸਾਡੇ ਪੇਸ਼ੀ ਸੈੱਲਾਂ ਵਿੱਚ। ਹੇਠ ਲਿਖਿਆ ਵਿੱਚੋਂ ਕਿਹੜਾ ਜੀਵ ਗਲਫੜਿਆਂ ਰਾਹੀਂ ਸਾਹ ਲੈਂਦਾ ਹੈ? ਮੱਛੀ। ਕਿਹੜਾ ਹਾਰਮੋਨ ਲੜਕੀਆਂ ਵਿੱਚ ਜੋਵਨ ਉਮਰ ਦੇ ਲੱਛਣਾਂ ਨੂੰ ਕੰਟਰੋਲ ਕਰਦਾ ਹੈ? ਇਹ ਤੁਹਾਡੇ ਕੋਲ ਹੁੰਦਾ ਐਸਟ੍ਰੋਜਨ। ਠੀਕ ਹੈ, ਬਡਿੰਗ ਦੁਆਰਾ ਅਲਿੰਗੀ ਜਨਨ ਕਿਸ ਜੀਵ ਵਿੱਚ ਹੁੰਦਾ ਹੈ? ਬਡਿੰਗ ਦੁਆਰਾ ਅਲਿੰਗੀ ਜਨਨ, ਅਲਿੰਗੀ ਜਨਨ ਦੇਖੋ ਕਿਹਦੇ ਵਿੱਚ ਹੁੰਦਾ ਹੈ? ਹਾਈਡਰਾ ਨਹੀਂ, ਇੱਕ ਆਪਸ਼ਨ ਯੀਸਟ, ਠੀਕ ਹੈ, ਅਮੀਬਾ ਹੈ ਇੱਕ ਆਪਸ਼ਨ, ਤੁਹਾਡੇ ਕੋਲ ਪਲਾਜ਼ਮੋਡੀਅਮ ਹੈ, ਲੈਮਨ ਲੈਸ਼ਮਾਨੀਆ, ਠੀਕ ਹੈ, ਤਾਂ ਤੁਹਾਡੇ ਕੋਲ ਕਿਹੜੀ ਆਪਸ਼ਨ ਆ ਗਈ ਇਹਦੇ ਵਿੱਚ? ਯੀਸਟ। ਪਰਾਗ ਕੋਸ਼ ਵਿੱਚ ਹੁੰਦਾ ਹੈ, ਪਰਾਗ ਕੋਸ਼ ਦੇ ਵਿੱਚ ਕੀ ਹੁੰਦਾ ਹੈ? ਹਰੀਆਂ ਪੱਤੀਆਂ ਤਾਂ ਨੀਚੇ ਰਹਿ ਜਾਂਦੀਆਂ, ਇਸਤਰੀ ਕੇਸਰ ਵੀ ਨਹੀਂ ਹੁੰਦਾ, ਬੀਜ ਅੰਡ ਵੀ ਨਹੀਂ ਹੁੰਦਾ, ਪਰਾਗ ਕਣ। ਠੀਕ ਹੈ, ਨੈਕਸਟ ਕੁਐਸਚਨ ਦੇਖੋ, ਯੀਸਟ ਵਿੱਚ ਅਲਿੰਗੀ ਜਨਨ ਆਮ ਤੌਰ ਤੇ ਹੁੰਦਾ ਹੈ ਕਿਹੜੇ ਵਿਧੀ ਨਾਲ ਹੁੰਦਾ? ਆਪਾਂ ਹੁਣੀ ਪੜਿਆ ਸੀ, ਬਡਿੰਗ ਵਿਧੀ ਰਾਹੀਂ, ਹਨਾ। ਇਸਤਰੀਆਂ ਵਿੱਚ ਮਾਹਵਾਰੀ ਚੱਕਰ ਪੂਰਾ ਹੁੰਦਾ ਹੈ ਆਫਟਰ 28 ਡੇਜ਼। ਹੇਠ ਲਿਖਿਆ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ? ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ, ਅੰਡਕੋਸ਼ ਵੀ ਮਾਦਾ ਜਨਨ ਪ੍ਰਣਾਲੀ ਚ ਹੁੰਦਾ ਹੈ, ਫੈਲੋਪੀਅਨ ਟਿਊਬ ਵੀ ਹੁੰਦੀ ਹੈ, ਗਰਭਕੋਸ਼ ਵੀ ਹੁੰਦਾ, ਤਾਂ ਸ਼ੁਕਰਾਣੂ ਵਹਿਣੀਆਂ ਨੇ ਜਿਹੜੀਆਂ ਉਹ ਮਾਦਾ ਜਨਨ ਪ੍ਰਣਾਲੀ ਦਾ ਅੰਗ ਨਹੀਂ ਹੈਗੀਆਂ। ਨੈਕਸਟ ਦੇਖੋ, ਆ ਤੁਹਾਡੇ ਕੋਲ ਫਿਜਿਕਸ ਦੇ ਕੁਐਸਚਨ ਆ ਗਏ, ਠੀਕ ਹੈ, ਇਹਦੇ ਵਿੱਚ ਕੀ ਹੈ? ਵਾਹਨਾਂ ਵਿੱਚ ਪਿੱਛੇ ਦੀ ਆਵਾਜਾਈ ਦੇਖਣ ਲਈ ਕਿਹੜਾ ਦਰਪਣ ਵਰਤਿਆ ਜਾਂਦਾ ਹੈ? ਵਾਹਨਾਂ ਦੇ ਪਿੱਛੇ ਦੀ ਆਵਾਜਾਈ ਨੂੰ ਦੇਖਣ ਵਾਸਤੇ ਜਿਹੜਾ ਤੁਸੀਂ ਸਾਈਡ ਮਿਰਰ ਲੱਗਿਆ ਹੁੰਦਾ ਹੈ ਵਾਹਨਾਂ ਦੇ ਵਿੱਚ, ਉਹ ਕਿਹੜਾ ਮਿਰਰ ਹੁੰਦਾ ਤੁਹਾਡੇ ਕੋਲੇ? ਉੱਤਲ ਦਰਪਣ ਹੁੰਦਾ ਹੈ। ਠੀਕ ਹੈ, ਸਮਤਲ ਦਰਪਣ ਦੀ ਫੋਕਸ ਦੂਰੀ, ਸਮਤਲ ਦਰਪਣ ਹੈ ਜਿਹੜਾ, ਜਿਹੜਾ ਆਪਣੇ ਘਰਾਂ ਦੇ ਵਿੱਚ ਪਲੇਨ ਮਿਰਰ ਹੁੰਦੇ ਹੈ, ਉਹਦੀ ਫੋਕਸ ਦੂਰੀ ਕੀ ਹੁੰਦੀ ਹੈ? ਅਨੰਤ। ਨੈਕਸਟ ਕੁਐਸਚਨ ਦੇਖੋ, ਵਸਤੂ ਦਾ ਆਭਾਸੀ ਅਤੇ ਬਰਾਬਰ ਆਕਾਰ ਦਾ ਪ੍ਰਤੀਬਿੰਬ ਕੌਣ ਬਣਾਉਂਦਾ ਹੈ? ਸਿਰਫ ਸਮਤਲ ਦਰਪਣ। ਠੀਕ ਹੈ, ਇਹ ਵਿਚਕਾਰ ਤੋਂ ਮੋਟਾ ਤੇ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ, ਵਿਚਕਾਰ ਤੋਂ ਕੀ ਹੁੰਦਾ ਹੈ? ਮੋਟਾ ਹੁੰਦਾ ਹੈ ਤੇ ਕਿਨਾਰਿਆਂ ਤੋਂ ਕੀ ਹੁੰਦਾ ਹੈ? ਇਹ ਪਤਲਾ ਹੁੰਦਾ ਹੈ। ਇਹ ਕਿਹੜਾ ਲੈਂਜ ਹੈ? ਉੱਤਲ ਲੈਂਜ ਹੈ। ਠੀਕ ਹੈ, ਇਹਦੇ ਨਾਲ ਇੱਕ ਪੁੱਠਾ ਹੁੰਦਾ ਹੈ, ਉਹ ਕਿਹੜਾ ਹੁੰਦਾ ਹੈ? ਅਵਤਲ ਲੈਂਜ। ਠੀਕ ਹੈ, ਉੱਤਲ ਦਰਪਣ ਦੁਆਰਾ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ ਹਮੇਸ਼ਾ, ਇਹ ਤੁਸੀਂ ਵੈਸੇ ਹੀ ਯਾਦ ਰੱਖਣਾ ਹੈ ਵੀ ਕਿਹੜਾ ਬਣਦਾ ਹੈ। ਠੀਕ ਹੈ, ਤੇ ਉਹ ਤੋਂ ਬਾਅਦ ਆਪਸ਼ਨ ਲੱਭਿਓ, ਕਿਉਂਕਿ ਇੱਥੇ ਆਪਸ਼ਨ ਦੇਖ ਕੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਇੱਕ ਤਾਂ ਆਭਾਸੀ ਹੁੰਦਾ, ਸਿੱਧਾ ਹੁੰਦਾ ਅਤੇ ਵਸਤੂ ਤੋਂ ਛੋਟਾ ਹੁੰਦਾ, ਤਾਂ ਆਪਸ਼ਨ ਨੰਬਰ ਬੀ ਆ। ਪਾਣੀ ਵਿੱਚ ਡੁੱਬੀ ਹੋਈ ਪੈਨਸਿਲ ਮੁੜੀ ਹੋਈ ਕਿਉਂ ਪ੍ਰਤੀਤ ਹੁੰਦੀ ਹੈ? ਰਿਫਰੈਕਸ਼ਨ ਦੇ ਕਾਰਨ। ਠੀਕ ਹੈ, ਪ੍ਰਕਾਸ਼ ਦਾ ਅਪਵਰਤਨ। ਅਵਤਲ ਦਰਪਣ ਦੀ ਆਰ ਅਤੇ ਐਫ ਵਿੱਚ ਕੀ ਸੰਬੰਧ ਹੈ? ਜਿਹੜਾ ਐਫ ਹੈ ਫੋਕਸ ਦੂਰੀ ਤੇ ਆਰ ਵਟੇ 2 ਦੇ ਬਰਾਬਰ ਹੁੰਦਾ, ਤਾਂ ਆਪਸ਼ਨ ਨੰਬਰ ਬੀ। ਨੇਤਰ ਲੈਂਸ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ? ਜਿਹੜੇ ਨੇਤਰ ਲੈਂਸ ਨੇ ਉਹਨਾਂ ਦੀ ਫੋਕਸ ਦੂਰੀ ਦੇ ਵਿੱਚ ਪਰਿਵਰਤਨ ਕੌਣ ਕਰਦਾ ਹੈ? ਸਿਲਰੀ ਮਸਲਸ। ਠੀਕ ਹੈ, ਪੁਲਾੜ ਯਾਤਰੀ ਨੂੰ ਪੁਲਾੜ ਵਿੱਚੋਂ ਆਕਾਸ਼ ਨੀਲੇ ਦੀ ਥਾਂ ਕਿਸ ਰੰਗ ਦਾ ਦਿਖਾਈ ਦਿੰਦਾ ਹੈ? ਕਾਲੇ ਰੰਗ ਦਾ। ਮਨੁੱਖੀ ਅੱਖ ਦਾ ਕਿਹੜਾ ਭਾਗ ਅੰਦਰ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤ੍ਰਿਤ ਕਰਦਾ ਹੈ? ਜਿਹੜਾ ਅੰਦਰ ਪ੍ਰਕਾਸ਼ ਦਾਖਲ ਹੋਣਾ ਉਹ ਕਿੰਨਾ ਹੋਣਾ, ਉਹ ਕੌਣ ਨਿਯੰਤ੍ਰਿਤ ਕਰਦਾ? ਪੁਤਲੀ। ਠੀਕ ਹੈ, ਸਧਾਰਨ ਮਨੁੱਖੀ ਅੱਖ ਦੀ ਨਿਕਟੀ ਦ੍ਰਿਸ਼ਟੀ ਬਿੰਦੂ ਕਿੰਨੀ ਹੁੰਦੀ ਹੈ? ਦੂਰੀ ਕਿੰਨੀ ਹੁੰਦੀ ਹੈ? 25 ਸੈਂਟੀਮੀਟਰ। ਆਪਾਂ ਨੂੰ ਕੋਈ ਵੀ ਵਸਤੂ ਹੈ 25 ਸੈਂਟੀਮੀਟਰ ਤੋਂ ਦੂਰ ਰੱਖ ਕੇ ਪੜ੍ਹਨੀ ਚਾਹੀਦੀ ਹੈ। ਨਿਕਟੀ ਦੋਸ਼ ਦਾ ਉਪਚਾਰ, ਜਿਹੜੀ ਆਪਣੇ ਕੋਲ ਨਿਕਟੀ ਦੋਸ਼ ਹੈ ਉਹਦਾ ਉਪਚਾਰ ਕੀ ਹੈ? ਉੱਤਲ ਲੈਂਸ। ਠੀਕ ਹੈ, ਤੇ ਆਪਣੇ ਕੋਲ ਦੂਰ ਦੋਸ਼ ਦਾ ਉਪਚਾਰ ਕਿਹੜਾ ਹੈ? ਉੱਤਲ ਲੈਂਸ। ਵਿਬਗਿਓਰ ਵਿੱਚ ਵੱਧ ਤਰੰਗ ਲੰਬਾਈ ਕਿਸਦੀ ਹੁੰਦੀ ਹੈ? ਸਭ ਤੋਂ ਵੱਧ ਲੰਬਾਈ ਕਿਸਦੀ ਹੁੰਦੀ ਹੈ? ਠੀਕ ਹੈ, ਰੈਡ ਕਲਰ ਦੀ, ਲਾਲ ਦੀ। ਲਾਸਟ ਦੇਖੋ, ਸਿਲਰੀ ਪੱਠੇ ਜਕੜ ਕੇ ਰੱਖਦੇ ਹਨ, ਸਿਲਰੀ ਮਸਲਸ ਨੇ ਜਿਹੜੀਆਂ ਉਹ ਕਿਸ ਚੀਜ਼ ਨੂੰ ਜਕੜ ਕੇ ਰੱਖਦੀਆਂ ਨੇ? ਲੈਂਸ ਨੂੰ। ਜ਼ਰਾ ਦੂਰ ਦ੍ਰਿਸ਼ਟੀ ਦੋਸ਼ ਕਾਹਦੇ ਨਾਲ ਹੁੰਦਾ? ਉਮਰ ਵਧਣ ਨਾਲ। ਠੀਕ ਹੈ, ਜਿਹਨੂੰ ਅਸੀਂ ਕੀ ਬੋਲ ਦਿੰਦੇ ਹੈਗੇ, ਆਪਣਾ ਇੱਕ ਹੁੰਦਾ ਮਾਇਓਪੀਆ, ਇੱਕ ਹੁੰਦਾ ਪ੍ਰੈਸਬਾਇਓਪੀਆ, ਇੱਕ ਹੁੰਦਾ ਹਾਈਪਰਮੈਟ੍ਰੋਪੀਆ। ਤਾਂ ਪ੍ਰੈਸਬਾਇਓਪੀਆ ਜਿਹੜਾ ਉਹ ਕੀ ਹੈ? ਜ਼ਰਾ ਦੂਰ ਦ੍ਰਿਸ਼ਟੀ ਦੋਸ਼, ਜਿਹੜਾ ਉਮਰ ਵਧਣ ਨਾਲ ਹੋ ਜਾਂਦਾ ਹੈ। ਠੀਕ, ਇਹ ਤੋਂ ਬਾਅਦ ਤੁਹਾਡੇ ਜਿਹੜੇ ਹੋਰ ਵੀ ਕੁਐਸਚਨ ਜੇ ਮੈਨੂੰ ਮਿਲਦੇ ਆ ਬੇਟਾ, ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ।
ਫਿਲਹਾਲ ਲਈ ਮੈਨੂੰ ਇੰਨੇ ਕੁਐਸਚਨਸ ਅਵੇਲੇਬਲ ਹੋਏ ਆ ਮੇਰੇ ਕੋਲੇ, ਤਾਂ ਇੰਨੇ ਕੁਐਸਚਨਸ ਤੁਸੀਂ ਕਰ ਲਓ, ਹੋਰ ਅਵੇਲੇਬਲ ਹੋਣਗੇ ਮੈਂ ਤੁਹਾਨੂੰ ਹੋਰ ਪ੍ਰੋਵਾਈਡ ਕਰ ਦੂੰਗੀ। ਉਦੋਂ ਤੱਕ ਲਈ ਥੈਂਕ ਯੂ ਸੋ ਮੱਚ, ਸਟੇ ਬਲੈਸਡ। ਚੈਨਲ ਨੂੰ ਬੇਟਾ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ, ਤਾਂ ਕਿ ਤੁਹਾਨੂੰ ਹੋਰ ਅਪਡੇਟਸ ਮਿਲਦੇ ਰਹਿਣ। ਥੈਂਕ ਯੂ ਸੋ ਮੱਚ, ਸਟੇ ਬਲੈਸਡ।